ਮੌਸਮ ਬਰਸਾਤ ਦੀਆਂ ਨੇ ਜਿਸ ਤੋਂ ਬਾਅਦ ਜਿਹੜਾ ਹੜਕਮ ਮਚ ਗਿਆ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਚੇਤਾਵਨੀ ਦਿੱਤੀ ਗਈ ਸੀ ਕਿ ਕੁਝ ਦਿਨਾਂ ਬਾਅਦ ਜਿਹੜਾ ਮੌਸਮ ਦੇ ਵਿੱਚ ਵੱਡੀ ਤਬਦੀਲੀ ਆਉਣ ਵਾਲੀ ਹੈ ਪਰ ਦੱਸਦੀ ਹੈ ਕਿ ਤਸਵੀਰਾਂ ਫਰੀਦਕੋਟ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਬਿਨ ਮੌਸਮ ਜਿਹੜੀ ਹੈ ਬਰਸਾਤ ਹੁੰਦੀ ਹੋਈ ਨਜ਼ਰ ਆਈ ਤੇ ਫਸਲਾਂ ਵੀ ਜਿਹੜੀਆਂ ਨੇ ਤਬਾਹ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਚਿਹਰੇ ਜਿਹੜੇ ਨੇ ਇਹਨਾਂ ਤੋਂ ਬਾਅਦ ਜਿਹੜਾ ਮੌਸਮ ਖਰਾਬ ਹੋਣ ਤੋਂ ਬਾਅਦ ਮੁਰਝਾਏ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਪੰਜਾਬ ਹਰਿਆਣਾ ਦਿੱਲੀ ਦੇ ਇਲਾਕਿਆਂ ਦੇ ਵਿੱਚ ਭਵਿੱਖਬਾਣੀ ਕੀਤੀ ਗਈ ਸੀ ਕਿ ਮੀਂਹ ਪੈਣ ਦੇ ਪੂਰੇ ਪੂਰੇ ਅਸਾਰ ਨੇ 13 ਤੋਂ ਲੈ ਕੇ 17 April ਦੇ ਵਿੱਚਕਾਰ ਪੰਜਾਬ ਹਰਿਆਣਾ ਦਿੱਲੀ ਪੱਛਮੀ ਉੱਤਰੀ ਪ੍ਰਦੇਸ਼ ਤੇ ਕੁਝ ਹੋਰ ਇਸ਼ਿਆ ਦੇ ਵਿੱਚ ਗਰਜ ਕੇ ਬਾਰਿਸ਼ ਹੋਣ ਦੇ ਵੱਡੇ ਅਸਾਰ ਦੱਸੇ ਜਾ ਰਹੇ ਸੀ ਤੇ ਉਹਨਾਂ ਦਾ ਪ੍ਰਮਾਣ ਇਹ ਤਸਵੀਰਾਂ ਨੇ ਬੇਮੌਸਮੀ ਬਰਸਾਤ ਹੋਈ ਹਨੇਰਾ ਪਿਆ ਚਖੜ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦਿਨ ਦੇ ਵਿੱਚ ਹੀ ਰਾਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਲੋਕ ਪਰੇਸ਼ਾਨ ਨੇ ਕਿ ਆਖਿਰ ਕਿਸ ਤਰੀਕੇ ਦੇ ਨਾਲ ਇਹ ਅਚੰਬਾ ਅਚੰਬਤ ਜਿਹੜਾ ਮੌਸਮ ਇੱਕ ਤਰੀਕੇ ਦੇ ਨਾਲ ਤਬਦੀਲੀ ਆ ਜਾਂਦੀ ਹੈ ਕਿਸਾਨਾਂ ਦੇ ਜਿਹੜੇ ਨੇ ਚਿਹਰੇ ਮੁਰਝਾਏ ਹੋਏ ਵਿਕਦੇ ਨੇ ਨੁਕਸਾਨ ਵੱਡਾ ਨੁਕਸਾਨ ਜਿਹੜਾ ਇਸ ਮੌਸਮ ਦੇ ਕਰਕੇ ਬਿਨ ਮੌਸਮ ਬਰਸਾਤ ਦੇ ਕਰਕੇ ਕਿਸਾਨਾਂ ਨੂੰ ਝੇਲਣਾ ਪੈਂਦਾ ਤਸਵੀਰਾਂ ਦੇਖ ਸਕਦੇ ਹੋ ਫਰੀਦਕੋਟ ਦੀਆਂ ਨੇ ਜਿੱਥੇ ਦਿਨ ਦੇ ਵਿੱਚ ਹੀ ਰਾਤ ਹੋ ਜਾਂਦੀ ਹੈ ਮੌਸਮ ਪੂਰੀ ਤਰੀਕੇ ਦੇ ਨਾਲ ਖਰਾਬ ਹੋ ਜਾਂਦਾ ਕਿਸਾਨਾਂ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਪਹੁੰਚਦਾ ਤੇਜ਼ ਹਨੇਰੀ ਚੱਲਦੀ ਹੈ ਦਿਨ ਦੇ ਵਿੱਚ ਹੀ ਰਾਤ ਹੋ ਜਾਂਦਾ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਤੋਂ ਹੀ ਇਹ ਭਵਿੱਖਬਾਣੀ ਕਰ ਦਿੱਤੀ ਗਈ ਸੀ ਕਿ ਮੀਂਹ ਪੈਣ ਦੇ ਪੂਰੇ-ਪੂਰੇ ਅਸਾਰ ਨੇ ਪੰਜਾਬ, ਹਰਿਆਣਾ, ਦਿੱਲੀ ਤੇ ਬਾਕੀ ਇਲਾਕਿਆਂ ਦੇ ਵਿੱਚ ਵੀ ਦੱਸ ਦੇ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਗਰਮੀ ਦੇ ਕਹਿਰ ਦੇ ਕਾਰਨ ਲਾਹਗੀ ਆਮ ਜਨਜੀਵਨ ਜਿਹੜਾ ਪ੍ਰਭਾਵਿਤ ਹੋਇਆ ਸੀ ਗਰਮੀ ਦੇ ਇਸ ਮੌਸਮ ਦੇ ਵਿੱਚ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਰਾਹਤ ਮਿਲਣ ਦੀ ਉਮੀਦ ਜਿਹੜੀ ਹੈ ਜਤਾਈ ਗਈ ਸੀ ਪਰ ਜਿਸ ਤਰੀਕੇ ਦੇ ਨਾਲ ਫਰੀਦਕੋਟ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਕੁਝ ਹੋਰ ਹੀ ਬਿਆਨ ਕਰ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਦਿਨ ਦੇ ਵਿੱਚ ਹੀ ਇਹ ਰਾਤ ਹੋ ਜਾਂਦੀ ਹੈ ਤੇ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਹੁੰਦਾ ਹੈ ਭਾਰੀ ਨੁਕਸਾਨ ਹੁੰਦਾ ਹੈ ਕਿਸਾਨਾਂ ਦੀਆਂ ਫਸਲਾਂ ਦਾ ਦੱਸਦੀ ਹੈ ਕਿ ਪਹਿਲਾਂ ਤੋਂ ਹੀ ਇਹ ਜਾਣਕਾਰੀ ਦੇ ਦਿੱਤੀ ਗਈ ਸੀ ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਦੇ ਦਿੱਤੀ ਗਈ ਸੀ ਕਿ ਕੁਝ ਦਿਨਾਂ ਦੇ ਅੰਦਰ ਅੰਦਰ ਪੰਜਾਬ ਹਰਿਆਣਾ ਤੇ ਦਿੱਲੀ ਦੇ ਇਨ੍ਹਾਂ ਇਲਾਕਿਆਂ ਦੇ ਵਿੱਚ ਜਿਹੜਾ ਭਾਰੀ ਬਰਸਾਤ ਹੋ ਸਕਦੀ ਹੈ ਮੌਸਮ ਦੇ ਵਿੱਚ ਤਬਦੀਲੀ ਆ ਸਕਦੀ ਹੈ ਹਾਲਾਂਕਿ ਆਮ ਲੋਕ ਜਿਹੜੇ ਨੇ ਜਿਹੜੇ ਘਰਾਂ ਚ ਰਹਿੰਦੇ ਨੇ ਜਾਂ ਫਿਰ ਬਾਹਰ ਕੰਮ ਕਰ ਲਈ ਜਾਂਦੇ ਨੇ ਤਾਂ ਉਹਨਾਂ ਦੇ ਲਈ ਗਰਮੀ ਝੇਲਣੀ ਔਖੀ ਹੋ ਗਈ ਸੀ ਕਿਉਂਕਿ ਪਾਰਾ ਜਿਹੜਾ ਕਾਫੀ ਜ਼ਿਆਦਾ ਪਾਰ ਹੋ ਗਿਆ ਸੀ ਕਈ ਸਾਲਾਂ ਦਾ ਰਿਕਾਰਡ ਵੀ ਜਿਹੜਾ ਹੈ ਕਿ ਗਰਮੀ ਨੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੀ ਤੋੜ ਦਿੱਤਾ ਸੀ ਤਾਂ ਜਿਸ ਤਰੀਕੇ ਦੇ ਨਾਲ ਹੁਣ ਇਹ ਭਵਿੱਖਬਾਣੀ ਮੌਸਮ ਵਿਭਾਗ ਦੀ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਵੱਡਾ ਚਟਕਾ ਲੱਗ ਰਿਹਾ ਕਿ ਕਿਸ ਤਰੀਕੇ ਦੇ ਨਾਲ ਫਰੀਦਕੋਟ ਦੇ ਵਿੱਚ ਹੀ ਦਿਨੇ ਹੀ ਰਾਤ ਹੋ ਜਾਂਦੀ ਹੈ ਤੇ ਕਿਸਾਨਾਂ ਦਾ ਵੱਡਾ ਨੁਕਸਾਨ ਹੁੰਦਾ ਹੈ بارش ਦੇ ਨਾਲ ਮੀਂਹ ਚੱਕੜ ਤੇ ਹਨੇਰੀ ਦੇ ਨਾਲ ਦੱਸਦੇ ਕਿ ਉਤਰੀ ਮੈਦਾਨੀ ਖੇਤਰ ਨੂੰ ਪ੍ਰਭਾਵਿਤ ਕਰਨ ਵਾਲੀ ਗਰਮੀ ਦੀ ਲਹਿਰ ਦੇ ਸਭ ਤੋਂ ਲੰਬੇ ਦੌਰ ਦੇ ਵਿੱਚ ਇਹ ਹੋ ਸਕਦੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਭਵਿੱਖਬਾਣੀ ਦੇ ਵਿੱਚ ਕਿ 12 April ਦੀ ਰਾਤ ਨੂੰ ਪੱਛਮੀ ਮਾਲਵੇ ਤੱਕ ਖੇਤੀਬਾੜੀ ਪਹੁੰਚਣ ਦੀ ਸੰਭਾਵਨਾ ਹੈ ਤਾਂ ਜਿਸ ਤਰੀਕੇ ਦੇ ਨਾਲ ਤੁਹਾਡੇ ਏਰੀਆ ਦੇ ਵਿੱਚ ਕੀ ਹਾਲ ਹੈ ਇਹ ਜ਼ਰੂਰ ਤੁਸੀਂ ਸਾਨੂੰ ਕਮੈਂਟਾਂ ਦੇ ਰਾਹੀਂ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਇਸ ਵਕਤ ਭਾਰੀ ਮੌਸਮ ਜਿਹੜਾ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਜਾਂ ਫਿਰ ਤੁਹਾਡੇ ਇਲਾਕੇ ਦੇ ਵਿੱਚ ਫਿਲਹਾਲ ਲਈ ਮੌਸਮ ਸਥਿਰ ਹੈ ਤੇ ਸੂਰਜ ਨਿਕਲਿਆ ਹੋਇਆ ਕਿਉਂਕਿ ਫਰੀਦਕੋਟ ਦੀਆਂ ਤਸਵੀਰਾਂ ਕੁਝ ਹੋਰ ਦਾਸਰੀਆਂ ਨੇ ਜਿਸ ਤਰੀਕੇ ਦੇ ਨਾਲ ਮੌਸਮ ਦੇ ਵਿੱਚ ਇੱਕਦਮ ਹੀ ਬਦਲਾਅ ਆਂਦਾ ਹੈ ਤੇ ਭਾਰੀ ਬਾਰਿਸ਼ ਹੁੰਦੀ ਹੈ ਫਸਲਾਂ ਦਾ ਵੱਡਾ ਨੁਕਸਾਨ ਹੁੰਦਾ ਹੈ ਤੱਕੀ ਤੁਹਾਡੇ ਇਲਾਕਿਆਂ ਦੇ ਵਿੱਚ ਵੀ ਤੇਜ਼ ਹਨੇਰੀ ਚੱਲ ਰਹੀ ਹੈ ਜਾਂ ਫਿਰ بارش ਹੋ ਰਹੀ ਹੈ ਜਾਂ بارش ਵਰਗਾ ਮੌਸਮ ਬਦਲਵਾਹੀ ਛਾਈ ਹੋਈ ਹੈ ਕਮੈਂਟਰ ਆਹੀ ਤੁਸੀਂ ਦੱਸ ਸਕਦੇ ਹੋ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਸੀ ਤਾਂ ਭਵਿਕਬਾਣੀ ਆਪਣੀ ਸਾਂਝੀ ਕੀਤੀ ਗਈ ਸੀ ਕਿ ਪੰਜਾਬ ਹਰਿਆਣਾ ਤੇ ਕੁਝ ਹੋਰ ਇਲਾਕਿਆਂ ਦੇ ਵਿੱਚ ਵੀ ਮੌਸਮ ਦੇ ਵਿੱਚ ਵੱਡਾ ਬਦਲਾਅ ਆ ਸਕਦਾ ਹੈ ਤਾਂ ਕੀ ਤੁਹਾਡੇ ਇਲਾਕਿਆਂ ਦੇ ਵਿੱਚ ਵੀ ਅਜਿਹਾ ਹੀ ਵੇਖਣ ਨੂੰ ਮਿਲ ਰਿਹਾ ਕਿ ਤੁਹਾਡੇ ਇਲਾਕੇ ਦੇ ਵਿੱਚ بارش ਪੈਣ ਦੇ ਅਸਾਰ ਤੁਹਾਨੂੰ ਨਜ਼ਰ ਆ ਰਿਹਾ ਕਿ ਬਦਲਵਾਹੀ ਜਿੱਥੇ ਤੁਸੀਂ ਜਿਹੜੇ ਇਲਾਕੇ ਦੇ ਵਿੱਚ ਰਹਿੰਦੇ ਹੋ ਕਿ ਉੱਥੇ ਬਦਲ ਰਹੇ ਨੇ ਤਾਂ ਤੁਸੀਂ ਇਹ ਜਾਣਕਾਰੀ ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਰੱਖ ਸਕਦੇ ਹੋ ਕਿਉਂਕਿ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਸਮੇਂ ਫਰੀਦਕੋਟ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਖਰਾਬ ਮੌਸਮ ਜਿਹੜਾ ਇੱਕਦਮ ਹੋ ਜਾਂਦਾ ਹੈ ਤੇ ਦਿਨ ਦੇ ਵਿੱਚ ਹੀ ਰਾਤ ਹੋ ਜਾਂਦੀ ਹੈ ਤਾਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਦੱਸ ਦਈਏ ਕਿ ਪੰਜਾਬ ਹਰਿਆਣਾ ਦੇ ਵਿੱਚ ਇਹ ਕੁਝ ਦਿਨ ਇਸੇ ਤਰੀਕੇ ਦੇ ਨਾਲ ਮੌਸਮ ਜਿਹੜਾ ਚਟਕਾ ਦੇਵੇਗਾ ਕਿਥੇ ਦਿਨ ਹੋਵੇਗਾ ਤੇ ਕਿਥੇ ਰਾਤ ਦਿਨ ਦੇ ਵਿੱਚ ਹੀ ਦੱਸਦੀ ਹੈ ਕਿ ਲਗਾਤਾਰ ਮੌਸਮ ਵਿਭਾਗ ਦੇ ਵੱਲੋਂ ਵੀ ਪਵਿਖਵਾਣੀ ਸਾਂਝੀ ਕੀਤੀ ਗਈ ਸੀ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਕੇ ਦੱਸ ਸਕਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਇਸ ਵਕਤ ਬੱਦਲਵਾਹੀ ਛਾਈ ਹੋਈ ਹੈ ਜਾਂ ਫਿਰ بارش ਵਰਗਾ ਮਾਹੌਲ ਜਿਹੜਾ ਤੁਹਾਡੇ ਇਲਾਕਿਆਂ ਦੇ ਵਿੱਚ ਬਣਿਆ ਹੋਇਆ ਕਮੈਂਟਾਂ ਰਾਹੀਂ ਤੁਸੀਂ ਸਾਨੂੰ ਦੱਸ ਸਕਦੇ ਹੋ ਜੁੜ ਕੇ ਇਸ ਵਕਤ ਸਾਡ ਨਾਲ ਗੁਰਮੀਤ ਕੋਰ ਜੁੜੇ ਨੇ ਮੌਕੇ ਦੇ ਵਿੱਚ ਹਨੇਰੀ ਚੱਲ ਰਹੀ ਹੈ ਉਹ ਲਿਖ ਰਹੇ ਨੇ ਪਵਨ ਸਿੰਘਲਾ ਸਾਡ ਨਾਲ ਜੁੜੇ ਨੇ ਕਹਿੰਦੇ ਨੇ ਕਿ ਇਹੀ ਹਾਲ ਹੈ ਅ ਪ੍ਰਵੇਸ਼ ਸੇਗਲ ਸਾਡ ਨਾਲ ਜੁੜੇ ਨੇ ਉਹ ਕਹਿ ਰਹੇ ਨੇ ਕਿ ਠੰਡੀ ਹਵਾ ਚੱਲ ਰਹੀ ਹੈ ਹਰਮਨ ਸਾਡ ਨਾਲ ਜੁੜ ਚੁੱਕੇ ਨੇ ਕਹਿੰਦੇ ਕਿ ਗੁਰਦਾਸਪੁਰ ਦੇ ਵਿੱਚ ਵੀ ਮੌਸਮ ਫਿਲਹਾਲ ਲਈ ਠੀਕ ਹੈ ਕੁਲਵੀਰ ਸਾਡ ਨਾਲ ਜੁੜੇ ਨੇ ਕਹਿੰਦੇ ਨੇ ਕਿ ਮੋਰਿੰਡਾ ਦੇ ਵਿੱਚ ਮੌਸਮ ਫਿਲਹਾਲ ਲਈ ਸਾਫ਼ ਹੈ ਤਾਂ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਸਮੇਂ ਉਹ ਫਰੀਦਕੋਟ ਦੀਆਂ ਨੇ ਜਿੱਥੇ ਮੌਸਮ ਇੰਨਾ ਜ਼ਿਆਦਾ ਖਰਾਬ ਹੋ ਗਿਆ ਕਿ ਦਿਨ ਦੇ ਵਿੱਚ ਹੀ ਰਾਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਤਾਂ ਆਪਣੇ ਇਲਾਕੇ ਦਾ ਹਾਲ ਕੀ ਹੈ ਤੁਸੀਂ ਸਾਨੂੰ ਕਮੈਂਟਾਂ ਰਾਹੀਂ ਦੇ ਸਕਦੇ ਹੋ ਸੰਜੇ ਕੁਮਾਰ ਆਪਣੀ رائے ਰੱਖਦੇ ਨੇ ਗੁਰਸੇਵਕ ਕਹਿ ਰਹੇ ਨੇ ਮੋਹਾਲੀ ਦੇ ਵਿੱਚ ਵੀ ਠੀਕ ਹੈ ਫਿਲਹਾਲ ਲਈ ਹਰਮਨ ਕਹਿ ਰਹੇ ਨੇ ਕਿ ਬਰਨਾਲੇ ਦੇ ਵਿੱਚ ਤੇਜ਼ ਹਨੇਰੀ ਚੱਲ ਰਹੀ ਹੈ ਇਸ ਵਕਤ ਗਣੇਸ਼ ਸਾਡੇ ਨਾਲ ਜੁੜੇ ਨੇ ਕਹਿੰਦੇ ਨੇ ਕਿ ਬਠਿੰਡਾ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਦਿਨ ਦੇ ਵਿੱਚ ਰਾਤ ਹੋ ਰਹੀ ਹੈ ਉਸ ਤੋਂ ਬਾਅਦ ਰਮਨ ਸ਼ਰਮਾ ਸਾਡੇ ਨਾਲ ਜੁੜ ਚੁੱਕੇ ਨੇ ਕਹਿੰਦੇ ਨੇ ਕਿ ਅੰਮ੍ਰਿਤਸਰ 'ਚ ਮੌਸਮ ਫਿਲਹਾਲ ਲਈ ਠੀਕ ਹੈ ਸੜਨਾਲ ਸੰਪ੍ਰੀਤ ਸਿੰਘ ਜੁੜੇ ਨੇ ਕਹਿੰਦੇ ਨੇ ਕਿ ਸਾਡੇ ਤੇ ਉਰੇ ਮੌਸਮ ਬਿਲਕੁਲ ਠੀਕ ਹੈ ਉਸ ਤੋਂ ਬਾਅਦ ਬਿੱਟੂ ਜੁੜੇ ਨੇ ਕਹਿੰਦੇ ਨੇ ਕਿ ਰਾਜਪੁਰੇ ਦੇ ਵਿੱਚ ਬਦਲਵਾਹੀ ਹੈ ਤੇ ਦੱਸ ਸਕਦੇ ਹੋ ਸਾਨੂੰ ਕਿ ਤੁਹਾਡੇ ਇਲਾਕਿਆਂ ਦਾ ਕੀ ਹਾਲ ਹੈ ਕਿਉਂਕਿ ਭਵਿੱਖਬਾਣੀ ਜ਼ਰੂਰ ਕੀਤੀ ਗਈ ਸੀ ਮੌਸਮ ਵਿਭਾਗ ਦੇ ਵੱਲੋਂ ਕਿ ਮੌਸਮ ਦੇ ਵਿੱਚ ਬਦਲਾਅ ਜਿਹੜਾ ਦੇਖਣ ਨੂੰ ਮਿਲੇਗਾ ਤਸਵੀਰਾਂ ਦੇ ਵਿੱਚ ਇਹ ਬਦਲਾਅ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਤੇਜ਼ ਹਨੇਰੀ ਚੱਲ ਰਹੀ ਹੈ ਖੇਤਾਂ ਦਾ ਬੁਰਾ ਹਾਲ ਹੈ ਨੁਕਸਾਨ ਹੋਇਆ ਵੱਡੇ ਲੈਵਲ ਦੇ ਉੱਤੇ ਤੇ ਦਿਨ ਦੇ ਵਿੱਚ ਹੀ ਰਾਤ ਵੇਖਣ ਨੂੰ ਮਿਲ ਰਿਹਾ ਤਾਂ ਜ਼ਰੂਰ ਆਪਣੇ ਇਲਾਕੇ ਦਾ حال ਤੁਸੀਂ ਦੱਸੋ ਕਿ ਕੀ ਤੁਹਾਡੇ ਇਲਾਕੇ ਦੇ ਵਿੱਚ ਵੀ ਫਰੀਦਕੋਟ ਵਾਂਗ ਹੀ ਹਨੇਰੀ ਚੱਲ ਰਹੀ ਹੈ ਜਾਂ ਫਿਰ ਬੱਦਲਵਾਹੀ ਹੈ ਜਾਂ ਫਿਰ بارش ਹੋ ਰਹੀ ਹੈ ਦੱਸ ਦਿਓ ਕਿ ਹਰਮਿੰਦਰ ਸਾੜਨ ਨਾਲ ਜੁੜੇ ਹਨ ਤੇ ਕਹਿ ਰਹੇ ਨੇ ਕਿ ਲੁਧਿਆਣੇ ਦੇ ਵਿੱਚ ਬਿਲਕੁਲ ਸਾਫ਼ ਹੈ ਕਲੀਮ ਕਹਿ ਰਹੇ ਨੇ ਰਾਇਕੋਟ ਦੇ ਵਿੱਚ ਆਪਣੀ رائے ਰੱਖ ਰਹੇ ਨੇ ਭਪਿੰਦਰ ਸਾੜਨ ਨਾਲ ਜੁੜੇ ਨੇ ਕਿ ਲੁਧਿਆਣੇ 'ਚ بارش ਵਾਲਾ ਮੌਸਮ ਹੋਇਆ ਹੋਇਆ ਹੈ ਸੁਰਿੰਦਰ ਕੁਮਾਰ ਸਾੜਨ ਨਾਲ ਜੁੜੇ ਨੇ ਆਪਣੀ رائے ਰੱਖਦੇ ਨੇ ਹਿਤੇਸ਼ ਬਰਮਾ ਕਹਿ ਰਹੇ ਨੇ ਕਿ ਮੋਹਾਲੀ ਮੋਹਾਲੀ ਦੇ ਵਿੱਚ ਕੀ ਹਾਲ ਹੈ ਜ਼ਰੂਰ ਤੁਹਾਨੂੰ ਦੱਸਾਂਗੇ ਖੁਸ਼ੀ ਸਾੜਨ ਜੁੜੇ ਨੇ ਕਹਿੰਦੇ ਨੇ ਕਿ ਸੁਗਰੂਰ 'ਚ ਵੀ ਇਸ ਵਕਤ ਭਾਰੀ ਹਨੇਰੀ ਚੱਲ ਰਹੀ ਹੈ ਮਨਰਾਜ ਸਿੱਧੂ ਸਾੜਨ ਨਾਲ ਜੁੜ ਚੁੱਕੇ ਨੇ ਕਹਿੰਦੇ ਕਿ ਤੁੱਪ ਜਿਹੜੀ ਹੈ ਨਹੀਂ ਨਿਕਲੀ ਉਸ ਤੋਂ ਬਾਅਦ ਸੰਦੀਪ ਸਾੜਨ ਨਾਲ ਜੁੜਨੇ ਕਹਿੰਦੇ ਨੇ ਫਲੋਰ ਦੇ ਵਿੱਚ ਠੀਕ ਹੈ ਜਸ ਕਰਨ ਟਿਵਾਨਾ ਸਾੜਨ ਨਾਲ ਜੁੜਨੇ ਉਹ ਵੀ ਕਹਿ ਰਹੇ ਨੇ ਕਿ ਇਹੀ ਹਾਲ ਲੁਧਿਆਣੇ ਦਾ ਹੈ ਉਸ ਤੋਂ ਬਾਅਦ ਜਰਨੈਲ ਬਾਜਵਾ ਕਹਿ ਰਹੇ ਨੇ ਕਿ ਹੁਸ਼ਿਆਰਪੁਰ ਦਾ ਹਾਲ ਬਿਲਕੁਲ ਠੀਕ ਹੈ ਤਾਂ ਮੌਸਮ ਦੀ ਜਾਣਕਾਰੀ ਤੁਹਾਨੂੰ ਦੇ ਰਿਹਾ ਕਿਉਂਕਿ ਕਈ ਲੰਮੇ ਅਰਸੇ ਤੋਂ ਲੋਕ ਗਰਮੀ ਜਿਹੜੀ ਹੈ ਸਹਿ ਰਹੇ ਸੀ ਤੇ ਹੁਣ ਲਗਾਤਾਰ ਜਿਹੜੀ ਹੈ ਮੌਸਮ ਵਿਭਾਗ ਵੱਲੋਂ ਮਿਲੀ ਭਵਿੱਖਬਾਣੀ ਦੇ ਅਨੁਸਾਰ ਜਿਹੜਾ ਹੈ ਬਦਲਦਾ ਹੋਇਆ ਰੁੱਖ ਜਿਹੜਾ ਮੌਸਮ ਦਾ ਬਦਲਦਾ ਰੁੱਖ ਨਜ਼ਰ ਆ ਰਿਹਾ ਤਾਂ ਆਪਣੇ ਇਲਾਕੇ ਦਾ ਹਾਲ ਕਮੈਂਟਰ ਆਹੀ ਤੁਸੀਂ ਸਾਨੂੰ ਦੇ ਸਕਦੇ ਹੋ ਰਵੀ ਮੈਦ ਕਹਿ ਰਹੇ ਨੇ ਲੁਧਿਆਣਾ ਅਜੇ ਕੁਝ ਨਹੀਂ ਹੈ ਠੀਕ ਹੈ ਪਰਵੇਸ਼ ਕਹਿ ਰਹੇ ਨੇ ਆਪਣਾ ਸ਼ਿੰਦਾ ਅਸਰਨਲ ਜੁੜਨੇ ਉਹ ਕਹਿੰਦੇ ਨੇ ਕਿ ਜਲੰਧਰ ਦੇ ਵਿੱਚ ਵੀ ਮੌਸਮ ਜਿਹੜਾ ਠੀਕ ਹੈ ਇਸ ਵਕਤ ਹਰਵਿੰਦਰ ਸਿੰਘ ਕਹਿੰਦੇ ਨੇ ਕਿ ਲੁਧਿਆਣਾ ਠੀਕ ਹੈ ਉਸ ਤੋਂ ਬਾਅਦ ਪ੍ਰਵੀਨ ਵੀ ਆਪਣੇ ਇਲਾਕੇ ਦਾ ਹਾਲ ਦੱਸਦੇ ਹੋਏ ਤਾ ਪਵਨ ਸਾਡੇ ਨਾਲ ਜੁੜਨੇ ਕਹਿ ਰਹੇ ਨੇ ਕਿ ਬਟਾਲੇ ਦੇ ਵਿੱਚ ਵੀ ਫਿਲਹਾਲ ਮੌਸਮ ਸਥਿਰ ਹੈ ਤਾਂ ਆਪਣੇ ਇਲਾਕੇ ਦਾ ਹਾਲ ਤੁਸੀਂ ਜ਼ਰੂਰ ਸਾਡੇ ਨਾਲ ਬਿਆਨ ਕਰ ਸਕਦੇ ਹੋ ਫਰੀਦਕੋਟ ਦੀਆਂ ਤਸਵੀਰਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਜਿਸ ਤਰੀਕੇ ਦੇ ਨਾਲ ਬਦਲਵਾਹੀ ਉੱਥੇ ਚਾਈ ਹੋਈ ਹੈ ਤੁਸੀਂ ਤੁਸੀਂ ਆਪਣੇ ਇਲਾਕੇ ਦਾ ਹਾਲ ਜਿਹੜਾ ਸਾਡੇ ਨਾਲ ਕਮੈਂਟ ਕਰਾਹੀ ਸਾਂਝਾ ਕਰ ਸਕਦੇ ਹੋ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਕਿਸ ਤਰੀਕੇ ਦਾ ਮੌਸਮ ਹੈ ਤਾ ਇਸ ਦੀ ਜਾਣਕਾਰੀ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ ਕਮੈਂਟਰ ਆਹੀ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਣੇ ਮੌਸਮ ਦਾ ਆਪਣੇ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰੀਕੇ ਦਾ ਮੌਸਮ ਹੈ ਕਿਉਂਕਿ ਤਸਵੀਰਾਂ ਫਰੀਦਕੋਟ ਤੋਂ ਸਾਂਝੀਆਂ ਕਰ ਰਹੇ ਹਨ ਲਗਾਤਾਰ ਤਾਂ ਆਪਣੇ ਇਲਾਕੇ ਦਾ ਵੀ ਹਾਲ ਤੁਸੀਂ ਸੜਨਲ ਸਾਂਝਾ ਕਰ ਸਕਦੇ ਹੋ ਅਭੀ ਜੂਤ ਸੜਨਲ ਜੁੜੇ ਨੇ ਕਹਿੰਦੇ ਨੇ ਕਿ ਮਾਨਸਾ ਕੋਟਰਾ ਕਲਾ ਦੇ ਵਿੱਚ ਮੀਂਹ ਹਨੇਰੀ ਪੈ ਰਹੀ ਹੈ ਇਸ ਸਮੇਂ ਕੇਵਲ ਕਹਿ ਰਹੇ ਨੇ ਕਿ ਰਾਮਪੂਰਾ ਦੇ ਵਿੱਚ ਵੀ ਮੌਸਮ ਖਰਾਬ ਹੈ ਕਾਫੀ ਜ਼ਿਆਦਾ ਸੁਖਵਿੰਦਰ ਕਹਿ ਰਹੇ ਨੇ ਹੁਸ਼ਿਆਰਪੁਰ ਦੇ ਵਿੱਚ ਮੌਸਮ ਬਿਲਕੁਲ ਠੀਕ ਹੈ प्रीत कहरे ने बेंगोवाल ਵਿੱਚ ਵੀ ਬਿਲਕੁਲ ਠੀਕ ਹੈ ਤਾਂ ਚੌਧਰੀ ਕਹਿ ਰਹੇ ਨੇ ਕਿ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਹਾਲ ਠੀਕ ਹੈ ਹਵਾਵਾਂ ਤੇਜ਼ ਹਨ ਪਰ ਕੋਈ ਵੀ ਦਿੱਕਤ ਨਹੀਂ ਹੈ ਤਾਂ ਵਿੱਕੀ ਸਾਡੇ ਨਾਲ ਜੁੜ ਚੁੱਕੇ ਨੇ ਵਿੱਕੀ ਗਰ ਕਹਿੰਦੇ ਨੇ ਬਠਿੰਡਾ ਦੇ ਵਿੱਚ ਵੀ ਠੀਕ ਹੀ ਹੈ ਦਲੇਰ ਸਿੰਘ ਸਾਡੇ ਨਾਲ ਜੁੜੇ ਨੇ ਕਹਿੰਦੇ ਨੇ ਕਿ ਤਰਨਤਾਰਨ ਦੇ ਵਿੱਚ ਵੀ ਹਾਲ ਬਿਲਕੁਲ ਸਹੀ ਹੈ ਰਵੀ ਕਹਿੰਦੇ ਨੇ ਕਿ ਲੁਧਿਆਣਾ ਦੇ ਵਿੱਚ ਥੋੜੀ ਬਹੁਤ ਹਨੇਰੀ ਚੱਲ ਰਹੀ ਹੈ ਕੁਲਵਿੰਦਰ ਕਹਿ ਰਹੇ ਨੇ ਕਿ ਅਬੋਹਰ 'ਚ ਮੌਸਮ ਸਾਫ਼ ਹੈ ਜਗਤ ਸਾਡੇ ਨਾਲ ਜੁੜੇ ਨੇ ਕਹਿੰਦੇ ਨੇ ਚੰਡੀਗੜ੍ਹ ਵੀ ਮੌਸਮ ਠੀਕ ਹੈ ਫਾਜ਼ਿਲਕਾ ਦਾ ਮੌਸਮ ਫਾਜ਼ਿਲਕਾ ਦੇ ਵਿੱਚ ਮੌਸਮ ਜਿਹੜਾ ਹੈ ਕਾਫੀ ਕਲੀਨ ਹੈ ਤਾਂ ਤੁਹਾਡੇ ਇਲਾਕੇ ਦੇ ਵਿੱਚ ਕੀ ਹਾਲ ਹੈ ਮੌਸਮ ਦਾ ਜ਼ਰੂਰ ਦੱਸੋ ਲਗਾਤਾਰ ਤਸਵੀਰਾਂ ਤੁਹਾਨੂੰ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਫਰੀਦਕੋਟ ਦੇ ਵਿੱਚ ਦਿਨ ਦੇ ਵਕਤ ਦੀ ਜਿਹੜੀ ਹੈ ਇਹ ਰਾਤ ਪੈ ਗਈ ਇੱਕਦਮ ਜਿਹੜਾ ਮੌਸਮ ਜਿਹੜਾ ਉੱਥੇ ਬਦਲ ਜਾਂਦਾ ਹੈ ਹਾਲਾਂਕਿ ਫਸਲਾਦਾਵੀ ਕਾਫੀ ਨੁਕਸਾਨ ਹੁੰਦਾ ਤੇਜ਼ ਹਨੇਰੀ ਚੱਲਦੀ ਹੈ ਕਣਕ ਦੀ ਕਟਾਈ ਦਾ ਸਮਾਂ ਤਾਂ ਲੋਕ ਕਾਫੀ ਇਸ ਵੇਲੇ ਜਿਹੜਾ ਨੇ ਕਾਫੀ ਲੱਗੇ ਜਿਹੜੇ ਨੇ بارش ਤੋਂ ਪ੍ਰਭਾਵਿਤ ਹੋ ਰਹੇ ਨੇ ਤਾਂ ਜ਼ਰੂਰ ਸਾਡੇ ਨਾਲ ਆਪਣੇ ਇਲਾਕੇ ਬਾਰੇ ਸਾਂਝਾ ਕਰ ਸਕਦੇ ਹੋ ਜਾਣਕਾਰੀ ਕਿ ਮੌਸਮ ਕਿਸ ਤਰੀਕੇ ਦੇ ਨਾਲ ਤੁਹਾਡੇ ਇਲਾਕੇ ਦੇ ਵਿੱਚ ਬਦਲ ਰਿਹਾ ਨਸੀਬ ਸਾੜਨਲ ਜੁੜਨੇ ਕਹਿੰਦੇ ਨੇ ਕਿ ਮਾਨਸਾ ਦੇ ਵਿੱਚ ਵੀ ਮੌਸਮ ਖਰਾਬ ਹੈ ਮੋਗੇ ਦੇ ਵਿੱਚ ਵੀ ਇਸ ਸਮੇਂ ਹਨੇਰੀ ਚੱਲ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਹਾਲੇ ਤੱਕ ਕਿਸੇ ਵੀ ਤਰੀਕੇ ਦੀ ਜਿਹੜਾ ਖਰਾਬੀ ਮੌਸਮ ਦੇ ਵਿੱਚ ਨਹੀਂ ਪਾਈ ਗਈ ਕਹਿੰਦੇ ਪਟਿਆਲੇ ਵੀ ਬਿਲਕੁਲ ਸਹੀ ਮੌਸਮ ਚੱਲ ਰਿਹਾ ਲੁਧਿਆਣੇ ਦੇ ਵਿੱਚ ਥੋੜੀ ਬਦਲਵਾਹੀ ਜ਼ਰੂਰ ਹੈ ਕੋਟਕਪੂਰੇ ਦੀ ਗੱਲ ਕਰੀਏ ਤਾਂ ਕੋਟਕਪੂਰੇ ਦੇ ਵਿੱਚ ਵੀ ਇਸ ਵਕਤ بارش ਹੋ ਰਹੀ ਹੈ ਮੁਕਸਰ ਸਾਹਿਬ ਦੀ ਗੱਲ ਕਰੀਏ ਤਾਂ ਮੁਕਸਰ ਸਾਹਿਬ ਦੇ ਵਿੱਚ ਮੌਸਮ ਜਿਹੜਾ ਇਸ ਸਮੇਂ ਠੀਕ ਹੈ ਫਾਜ਼ਿਲਕਾ ਦੇ ਵਿੱਚ ਗਰਮੀ ਹੈ ਫਿਲਹਾਲ ਲਈ ਧੁੱਪ ਨਿਕਲੀ ਹੋਈ ਹੈ ਤਰਨਤਾਰਨ ਚ ਵੀ ਬਿਲਕੁਲ ਧੁੱਪ ਨਿਕਲੀ ਹੋਈ ਹੈ ਤੇ ਸਾਫ਼ ਮੌਸਮ ਹੈ ਤੇ ਇਸ ਤੋਂ ਬਾਅਦ ਦੱਸਦੀ ਹੈ ਕਿ ਨਾਬੇ ਦੇ ਵਿੱਚ ਇਸ ਸਮੇਂ ਕਾਫੀ ਹਨੇਰੀ ਚੱਲ ਰਹੀ ਹੈ ਭਾਰੀ ਹਨੇਰੀ ਆਉਣ ਦੀ ਸੰਭਾਵਨਾ ਹੈ ਸੰਜੀਵ ਲਿਖ ਰਹੇ ਨੇ ਜੱਸ ਸਾੜਨਾਲ ਜੁੜੇ ਨੇ ਕਹਿੰਦੇ ਨੇ ਕਿ ਆਪਣੀ رائے ਰੱਖਦੇ ਨੇ ਰਣਜੀਤ ਸਾਹ ਨਾਲ ਜੁੜੇ ਨੇ ਕਹਿੰਦੇ ਨੇ ਕਿ ਜਲੰਧਰ ਦੇ ਵਿੱਚ ਵੀ بارش ਹੋਣੀ ਚਾਹੀਦੀ ਹੈ ਤਾਂ ਲਗਾਤਾਰ ਮੌਸਮ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ 13 ਤੋਂ 17 April ਦੇ ਵਿੱਚ ਵਿੱਚ ਜਿਹੜਾ ਮੌਸਮ ਦੇ ਵਿੱਚ ਵੱਡਾ ਬਦਲਾਅ ਦੇਖਿਆ ਜਾਏਗਾ ਤੇ بارش ਪੈਣ ਦੀ ਪੂਰੀ ਪੂਰੀ ਸੰਭਾਵਨਾ ਜਿਹੜੀ ਹੈ ਜਤਾਈ ਗਈ ਸੀ ਭਵਿੱਖਬਾਣੀ ਕੀਤੀ ਗਈ ਸੀ ਮੌਸਮ ਵਿਭਾਗ ਦੇ ਵੱਲੋਂ ਤਾਂ ਉਹ ਭਵਿੱਖਬਾਣੀ ਅੱਜ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੌਸਮ ਇੱਕਦਮ ਖਰਾਬ ਹੋ ਜਾਂਦਾ ਦਿਨ ਦੇ ਵਿੱਚ ਰਾਤ ਹੋ ਜਾਂਦੀ ਹੈ ਤੇ ਹਨੇਰੀ ਚੱਲਦੀ ਹੈ